ਹੱਕ ਸੱਚ ਦੀ ਆਵਾਜ਼ ਰੇਡੀਓ ਵੌਇਸ ਆਫ ਖਾਲਸਾ ਸੁਣ ਰਹੇ ਸਾਰੇ ਸਰੋਤਿਆਂ ਦਾ ਹਰਜੋਤ ਕੌਰ ਵੱਲੋਂ ਖਬਰਸਾਰ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਸਵਾਗਤ ਹੈ। ਸੋ ਇੱਥੇ ਸਰੋਤਿਆਂ ਨੂੰ ਇੱਕ ਖਾਸ ਸੂਚਨਾ ਦੇ ਦਈਏ ਕਿ ਰੇਡੀਓ ਵੌਇਸ ਆਫ ਖਾਲਸਾ ਵੱਲੋਂ ਖਾਸ ਉਪਰਾਲਾ ਕੀਤਾ ਜਾ ਰਿਹਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਨਿਊਯਾਰਕ ਦਾ ਸਮਾਂ ਸਵੇਰੇ 9:30 ਤੋਂ 11 ਤੇ ਪੰਜਾਬ ਦਾ ਸਮਾਂ ਸ਼ਾਮ 7 ਤੋਂ 8:30 ਵਜੇ। ਇਸ ਸਮੇਂ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਖਾਸ ਤੌਰ ਤੇ ਹਿੰਦੀ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਤੱਕ ਵੀ ਪਹੁੰਚ ਕੀਤੀ ਜਾਵੇ ਜੋ ਸਿਰਫ ਤੇ ਸਿਰਫ ਹਿੰਦੀ ਸਮਝਦੇ ਨੇ। ਸੋ ਸਰੋਤਿਆਂ ਨੂੰ ਅਪੀਲ ਹੈ ਕਿ ਉਹ ਆਪਣੇ ਸਾਥੀਆਂ ਆਪਣੇ ਜਾਣਕਾਰਾਂ ਨੂੰ ਇਸ ਪ੍ਰੋਗਰਾਮ ਨੂੰ ਸਰਵਣ ਕਰਨ ਲਈ ਜ਼ਰੂਰ ਅਪੀਲ ਕਰਨ। ਤੇ ਹੁਣ ਸਰੋਤਿਆਂ ਨੂੰ ਦੱਸ ਦਈਏ ਕਿ ਹਰੇਕ ਦੇ ਵਿਚਾਰ ਆਪੋ ਆਪਣੇ ਹੁੰਦੇ ਨੇ। ਰੇਡੀਓ ਵੌਇਸ ਆਫ ਖਾਲਸਾ ਦਾ ਕਿਸੇ ਦੇ ਵਿਚਾਰਾਂ ਦੇ ਨਾਲ ਸਹਿਮਤ ਜਾਂ ਅਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਰੁੱਖ ਕਰਦੇ ਹਾਂ ਜੀ ਫਿਰ ਅੱਜ ਦੇ ਪਹਿਲੇ ਮੁੱਖ ਮੁੱਦੇ ਵੱਲ। ਪਰਸੋਂ ਅਚਾਨਕ ਹੀ ਸਿੱਖ ਆਗੂ ਜਿਨ੍ਹਾਂ ਨੂੰ ਸਿੱਖ ਖਾੜਕੂ ਕਹਿ ਕੇ ਵੀ ਜਾਣਿਆ ਜਾਂਦਾ ਭਾਈ ਕੁਲਿੰਦਰਜੀਤ ਸਿੰਘ ਖਾਨਪੁਰੀਆ, ਉਹਨਾਂ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਕੱਲ ਹੀ ਰਾਤ ਨੂੰ ਉਹਨਾਂ ਨੂੰ ਰਿਹਾ ਵੀ ਕਰ ਦਿੱਤਾ। ਸੋ ਇਹ ਜੋ ਗ੍ਰਿਫਤਾਰੀ ਦੀ ਘਟਨਾ ਸੀ ਇਹ ਲਾਈਵ ਜਿਹੜੀ ਸੀ ਇਹ ਸੋਸ਼ਲ ਮੀਡੀਆ ਤੇ ਪਈ ਸੀ ਜਿਸ ਕਰਕੇ ਕਾਫੀ ਰੌਲਾ ਵੀ ਪਿਆ ਕਿ ਕਿਉਂ ਇਸ ਤਰ੍ਹਾਂ ਅਚਾਨਕ ਹੀ ਪੁਲਿਸ ਲੈ ਗਈ ਉਹਨਾਂ ਨੂੰ ਜਦਕਿ ਉਹ ਜ਼ਮਾਨਤ ਤੇ ਵੀ ਸਨ। ਸੋ ਕੀ ਇਹ ਪੂਰਾ ਮਾਮਲਾ ਤੇ ਰਿਹਾਈ ਕਿਵੇਂ ਹੋਈ ਹੈ ਅਚਾਨਕ ਹੀ ਇਸ ਸਭ ਬਾਰੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਤੇ ਗੱਲਬਾਤ ਕਰਨ ਲਈ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਸ਼੍ਰੋਮਣੀ ਕਮੇਟੀ ਫਤਿਹਗੜ੍ਹ ਸਾਹਿਬ ਤੋਂ ਖਾਸ ਮੈਂਬਰ ਭਾਈ ਕਰਨੈਲ ਸਿੰਘ ਪੰਜੋਲੀ ਜੀ ਮੌਜੂਦ ਨੇ। ਸਵਾਗਤ ਹੈ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਹੱਕ ਸੱਚ ਦੀ ਆਵਾਜ਼ ਰੇਡੀਓ ਵੌਇਸ ਆਫ ਖਾਲਸਾ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ ਇਸ ਮਾਮਲੇ ਤੇ ਸੰਖੇਪ ਦੇ ਵਿੱਚ ਚਾਨਣਾ ਪਾਓ ਤੇ ਫਿਰ ਅੱਗੇ ਉਹਨਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ ਜੀ ਆਪਾਂ ਕਿਵੇਂ ਹੋਈ ਜੀ। ਹਰਜੋਤ ਵੈਸੇ ਤਾਂ ਮਤਲਬ ਇਸ ਮੁਲਕ ਦੇ ਅੰਦਰ ਹੀ ਨਹੀਂ ਬਲਕਿ ਜਦੋਂ ਤੋਂ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ ਉਦੋਂ ਤੋਂ ਹੀ ਇਸ ਕੌਮ ਨੂੰ ਖਤਮ ਕਰਨ ਦੇ ਲਈ ਸਮੇਂ ਦੀ ਹਰ ਸਰਕਾਰ ਨੇ ਹਰ ਤਰ੍ਹਾਂ ਦਾ ਜ਼ੁਲਮ ਜਿਹੜਾ ਹੈ ਹਰ ਤਰ੍ਹਾਂ ਦਾ ਯਤਨ ਜਿਹੜਾ ਉਹ ਖਾਲਸਾ ਪੰਥ ਦੇ ਸਿਰਜਣਾ ਦਿਹਾੜੇ ਤੋਂ ਨਾਲ ਨਾਲ ਹੀ ਆਰੰਭ ਹੋ ਗਿਆ। ਮੇਰਾ ਖਿਆਲ ਹੈ ਕਿ ਦੁਨੀਆਂ ਦੇ ਅੰਦਰ ਕੱਲਾ ਸਿੱਖ ਪੰਥ ਹੀ ਹੈ ਜਿਹਨੂੰ ਇੱਕ ਬਹੁਤ ਲੰਮੇ ਸੰਕਟ ਦੇ ਦੌਰ ਵਿੱਚੋਂ ਦੀ ਲੰਘਣਾ ਪਿਆ ਲੰਘ ਰਿਹਾ ਤੇ ਆਉਣ ਵਾਲੀ ਕੱਲ ਵੀ ਮੈਨੂੰ ਲੱਗਦਾ ਇਹੋ ਜਿਹੇ ਹਾਲਤ ਹੀ ਰਹਿਣਗੇ। ਉਹਦਾ ਸਭ ਤੋਂ ਵੱਡਾ ਕਾਰਨ ਕਿ ਜਿਸ ਕਿਸਮ ਦੀ ਸਵਾਏ ਮਾਣ ਵਾਲਾ ਜੀਵਨ ਜਿਉਣ ਦੀ ਪ੍ਰੇਰਣਾ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤੇ ਦਸ ਗੁਰੂ ਸਾਹਿਬਾਨ ਨੇ ਸਿੱਖ ਪੰਥ ਨੂੰ ਬਖਸ਼ੀ ਹੈ ਇਸ ਕਿਸਮ ਦੀ ਸ਼ਾਇਦ ਹੀ ਵਿਚਾਰਧਾਰਾ ਕਿਸੇ ਕੋਲ ਹੋਵੇ। ਧਰਮ ਤੇ ਰਾਜਨੀਤੀ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਧਰਮ ਦੀ ਤਰਦਿਆ ਰਾਜਨੀਤੀ ਨੂੰ ਇਹ ਤੋੜਨ ਦਾ ਇਹ ਫਲਸਫਾ ਜਿਹੜਾ ਗੁਰੂ ਸਾਹਿਬ ਜੀ ਨੇ ਦਿੱਤਾ ਇਹ ਆਪਣੇ ਆਪ ਦੇ ਵਿੱਚ ਸਿੱਖਾਂ ਲਈ ਮਾਣ ਤੇ ਗੌਰਵ ਵਾਲਾ ਹੈ ਤੇ ਸਾਡੇ ਸਿਰਾਂ ਦੇ ਮੁੱਲ ਮੁਗਲਾਂ ਦੇ ਰਾਜ ਵਿੱਚ ਵੀ ਪਏ ਤੇ ਸਾਡੇ ਸਿਰਾਂ ਦੇ ਮੁੱਲ ਅੰਗਰੇਜ਼ ਦੇ ਰਾਜ ਵਿੱਚ ਵੀ ਪਏ ਨੇ। ਲੇਕਿਨ ਜਿਸ ਦੇਸ਼ ਨੂੰ ਅਸੀਂ ਆਪਣਾ ਦੇਸ਼ ਮੰਨ ਕੇ ਉਹਦੇ ਨਾਲ ਆਪਣੀ ਕਿਸਮਤ ਜੋੜੀ ਤੇ ਜਿਸ ਦੇਸ਼ ਦੀ ਆਜ਼ਾਦੀ ਲਈ ਅਸੀਂ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਔਰ ਜਿਹਦੇ ਲਈ ਇਹ ਪੂਰਾ ਮੁਲਕ ਪ੍ਰਵਾਨ ਵੀ ਕਰਦਾ ਮੰਨਦਾ ਵੀ ਹੈ ਪਰ ਉਹਦੇ ਬਾਵਜੂਦ ਵੀ ਇਸ ਮੁਲਕ ਦੇ ਅੰਦਰ 1947 ਤੋਂ ਹੀ ਲਗਾਤਾਰ ਕੋਈ ਨਾ ਕੋਈ ਸਿੱਖ ਜਿਹੜਾ ਉਹ ਹਰ ਰੋਜ਼ ਹੀ ਪੂਰੇ ਭਾਰਤ ਦੀ ਧਰਤੀ ਦੇ ਉੱਤੇ ਪੁਲਿਸ ਵੱਲੋਂ ਮਿਲਟਰੀ ਵੱਲੋਂ ਅਰਧ ਸੈਨਿਕ ਦਸਤਿਆਂ ਵੱਲੋਂ ਕਿਤੇ ਨਾ ਕਿਤੇ ਹਰ ਰੋਜ਼ ਗ੍ਰਿਫਤਾਰ ਹੁੰਦਾ ਔਰ ਤੁਹਾਡੀ ਤੁਹਾਨੂੰ ਇਹ ਜਾਣਕਾਰੀ ਵੀ ਹੈ ਇਸ ਗੱਲ ਦੀ ਕਿ ਹਿੰਦੁਸਤਾਨ ਦੇ ਅੰਦਰ ਸਭ ਤੋਂ ਪਹਿਲੀ ਗ੍ਰਿਫਤਾਰੀ ਆਜ਼ਾਦ ਭਾਰਤ ਵਿੱਚ ਜੇ ਕਿਸੇ ਦੀ ਹੋਈ ਤਾਂ ਉਹ ਮਾਸਟਰ ਤਾਰਾ ਸਿੰਘ ਦੀ ਹੋਈ ਤੇ ਉਹਨਾਂ ਨੂੰ ਨਰੇਲੇ ਦੇ ਰੇਲਵੇ ਸਟੇਸ਼ਨ ਤੋਂ ਲਾਹ ਕੇ ਗ੍ਰਿਫਤਾਰ ਕਰਕੇ ਹੱਥਕੜੀਆਂ ਲਾ ਕੇ ਜੇਲ੍ਹ ਚ ਬੰਦ ਕੀਤਾ ਸੀ ਤੇ ਆਜ਼ਾਦੀ ਦਾ ਤੋਹਫਾ ਸਿੱਖਾਂ ਨੂੰ ਸਭ ਤੋਂ ਪਹਿਲਾਂ ਉਦੋਂ ਹੀ ਦੇ ਦਿੱਤਾ ਗਿਆ ਸੀ ਤੇ ਭਾਈ ਕੁਲਵਿੰਦਰਜੀਤ ਸਿੰਘ ਖਾਨਪੁਰੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਬਹੁਤ ਸਾਰੀਆਂ ਘਟਨਾਵਾਂ ਪੰਜਾਬ ਦੀ ਸਰ ਜ਼ਮੀਨ ਉੱਤੇ ਵਾਪਰੀਆਂ ਮੈਂ ਉਹਨਾਂ ਘਟਨਾਵਾਂ ਦਾ ਗਵਾਹ ਹੀ ਨਹੀਂ ਬਲਕਿ ਮੈਂ ਆਪਣੇ ਪਿੰਡੇ ਦੇ ਉੱਤੇ ਆਪਣੇ ਪਰਿਵਾਰ ਸਮੇਤ ਉਹ ਸਾਰਾ ਸੰਤਾਪ ਲਗਾਤਾਰ ਹੰਡਾਇਆ। ਮੈਨੂੰ ਯਾਦ ਹੈ ਕਿ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਇਹ ਨਹੀਂ ਦੇਖਿਆ ਗਿਆ ਕਿ ਇਸ ਬੰਦੇ ਦਾ ਕ੍ਰਾਈਮ ਕੀ ਹੈ ਇਹਦੇ ਜ਼ਿੰਦਗੀ ਇਹ ਬੰਦੇ ਦਾ ਮਤਲਬ ਕਿਤੇ ਰੋਲ ਵੀ ਹੈ ਕਿ ਨਹੀਂ ਬਸ ਉਹਦੀ ਪੀਲੀ ਪੱਗ ਵੇਖੀ ਤੇ ਉਹਦੇ ਲੋਹੀ ਕਾਲੀ ਲੋਹੀ ਦੇਖੀ ਦਾਤਰੇ ਕਿਰਪਾਨ ਦੇਖੀ ਤੇ ਪੁਲਿਸ ਨੇ ਜੱਕਿਆ ਤਸ਼ੱਦਦ ਕੀਤਾ ਝੂਠੇ ਪਰਚੇ ਦਰਜ ਕੀਤੇ ਤੇ 4-5 ਕਤਲ ਦੇ ਮੁਕੱਦਮਿਆਂ ਵਿੱਚ
ਉਹਨੂੰ ਜੇਲ੍ਹ ਦੀਆਂ ਦੀਵਾਰਾਂ ਵਿੱਚ ਕੈਦ ਕਰ ਦਿੱਤਾ ਜੀ ਔਰ ਮੈਂ ਸਮਝਦਾ ਕਿ ਮੈਂ 3 ਵਾਰ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਨਜ਼ਰਬੰਦ ਰਿਹਾ 18-18 ਮੁਕੱਦਮੇ ਝੂਠੇ ਮੇਰੇ ਉੱਤੇ ਵੀ ਦਰਜ ਹੋਏ ਇਹੋ ਜਿਹੀ ਕਾਰਨ ਦੇ ਵਿੱਚ ਭਾਈ ਕੁਲਵਿੰਦਰਜੀਤ ਸਿੰਘ ਲਗਾਤਾਰ ਪਿਛਲੇ 12 ਸਾਲਾਂ ਤੋਂ ਜੇਲ੍ਹ ਵਿੱਚ ਪੰਜਾਬ ਪੁਲਿਸ ਦੇ ਝੂਠੇ ਮੁਕੱਦਮਿਆਂ ਦੇ ਤਹਿਤ ਉਹ ਨਜ਼ਰਬੰਦ ਰਿਹਾ ਤੇ ਕੁਦਰਤੀ ਗੱਲ ਹੈ ਕਿ 12 ਸਾਲ ਦੀ ਇੱਕ ਲੰਮੀ ਜ਼ਿੰਦਗੀ ਦੇ ਦੌਰ ਦੇ ਵਿੱਚ ਇਸ ਮੁਲਕ ਦਾ ਸਭ ਤੋਂ ਵੱਡਾ ਰੱਬ ਜਿਹਨੂੰ ਪ੍ਰਮਾਤਮਾ ਕਹਿੰਦੇ ਨੇ ਭਗਵਾਨ ਰਾਮ ਉਹ 12 ਸਾਲ ਦਾ ਬਨਵਾਸ ਨਹੀਂ ਕੱਟ ਸਕਿਆ ਲੇਕਿਨ ਸਿੱਖਾਂ ਦੇ ਪੁੱਤਰਾਂ ਨੂੰ ਇਸ ਗੱਲ ਦੀ ਮਤਲਬ ਮਾਣ ਹੈ ਕਿ ਉਹਨਾਂ ਨੇ 24-24 ਸਾਲ 25-25 ਸਾਲ ਜੇਲ੍ਹ ਦੀਆਂ ਦੀਵਾਰਾਂ ਵਿੱਚ ਕੱਟ ਲਏ ਤੇ ਅੱਜ ਵੀ ਜੇਲ੍ਹ ਦੀਆਂ ਦੀਵਾਰਾਂ ਵਿੱਚ ਨੇ ਪਰ ਕਿਸੇ ਇੱਕ ਸਿੱਖ ਨੇ ਮਾਫ਼ੀਨਾਮਾ ਨਹੀਂ ਦਿੱਤਾ ਪੂਰੀ ਤਰ੍ਹਾਂ ਚੜ੍ਹਦੀਆਂ ਕਲਾਂ ਵਿੱਚ ਮਤਲਬ ਉਹ ਰਹੇ ਅੱਜ ਵੀ ਨੇ ਤੇ ਭਾਈ ਕੁਲਵਿੰਦਰਜੀਤ ਸਿੰਘ ਉਹਨੇ ਰਿਹਾ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਜਿਹੜੀ ਸੀ ਕਿਉਂਕਿ ਕੁਦਰਤੀ ਗੱਲ ਹੈ ਕਿ ਲੰਮੀ ਜੇਲ੍ਹ ਲੰਮਾ ਮਤਲਬ ਸੰਘਰਸ਼ ਉਹ ਪਰਿਵਾਰ ਨੂੰ ਵੀ ਅਸਤ ਵਿਅਸਤ ਕਰ ਦਿੰਦਾ ਤੇ ਉਹਨਾਂ ਦੀ ਦੂਸਰੀ ਸ਼ਾਦੀ ਸੀ ਬੀਬੀ ਸੰਦੀਪ ਕੌਰ ਉਹਨਾਂ ਨਾਲ ਤੇ ਕੱਲ ਪੁਲਿਸ ਨੇ ਉਹਨਾਂ ਨੂੰ ਬਿਨਾਂ ਮਤਲਬ ਹਾਲਾਂਕਿ ਜਦੋਂ ਉਹ ਜ਼ਮਾਨਤ ਤੇ ਰਿਹਾ ਨੇ ਘਰ ਬੈਠੇ ਨੇ ਅਮਨ ਅਮਾਨ ਨਾਲ ਆਪਣਾ ਜੀਵਨ ਜਿਉ ਰਹੇ ਨੇ ਤਾਂ ਤਰੀਕਾ ਇਹ ਸੀ ਪੁਲਿਸ ਦਾ ਕਿ ਜੇ ਉਹਨਾਂ ਨਾਲ ਕੋਈ ਪੁੱਛਗਿੱਛ ਕਰਨੀ ਸੀ ਉਹਨਾਂ ਨੂੰ ਟੈਲੀਫੋਨ ਕਰਕੇ ਜਾਂ ਪੁਲਿਸ ਦੇ ਰਾਹੀਂ ਮੈਸੇਜ ਕਰਕੇ ਕੋਈ ਅਫੀਸਰ ਸੱਦਦਾ ਵੀ ਤੁਹਾਡੇ ਨਾਲ ਇਸ ਵਿਸ਼ੇ ਤੇ ਗੱਲ ਕਰਨੀ ਹੈ ਤੁਸੀਂ 9 ਵਜੇ ਉੱਥੇ ਹਾਜ਼ਰ ਹੋ ਜਿਓ ਲੇਕਿਨ ਜਿਸ ਤਰੀਕੇ ਨਾਲ ਭਾਈ ਸਾਹਿਬ ਨੂੰ ਚੱਕਿਆ ਗਿਆ ਉਹਨਾਂ ਨੂੰ ਫੜਿਆ ਗਿਆ ਇੱਕ ਦਹਿਸ਼ਤ ਪੈਦਾ ਕਰਨ ਖਾਤਰ ਇਹ ਬਹੁਤ ਨਿੰਦਣਯੋਗ ਘਟਨਾ ਹੈ ਇਹ ਇਸ ਕਰਕੇ ਵਾਪਰ ਰਹੀਆਂ ਨੇ ਪੰਜਾਬ ਦੇ ਅੰਦਰ ਕਿ ਅਸਲ ਵਿੱਚ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਪੁਲਿਸ ਦੇ ਮੂੰਹ ਨੂੰ ਇੱਕ ਲਹੂ ਲੱਗਿਆ ਹੋਇਆ ਸਿੱਖ ਬੱਚਿਆਂ ਦੇ ਝੂਠੇ ਪੁਲਿਸ ਮੁਕਾਬਲਿਆਂ ਦਾ ਔਰ ਉਹਦੇ ਵਿੱਚ ਜੋ ਇਨਾਮ ਉਹਨਾਂ ਨੂੰ ਮਿਲੇ ਜੋ ਤਰੱਕੀਆਂ ਉਹਨਾਂ ਨੂੰ ਮਿਲੀਆਂ ਉਹ ਇਨਾਮ ਤੇ ਤਰੱਕੀਆਂ ਦੀ ਦੌੜ ਵਿੱਚ ਪੀੜ੍ਹੀ ਦਰ ਪੀੜ੍ਹੀ ਉਹਨਾਂ ਦੇ ਪੁੱਤਰ ਧੀ ਹੀ ਪੁਲਿਸ ਵਿੱਚ ਬੜੇ ਉੱਚ ਅਹੁਦਿਆਂ ਤੇ ਮਤਲਬ ਸੰਭਾਲੇਮਾਨ ਨੇ ਤੇ ਮੈਨੂੰ ਲੱਗਦਾ ਕਿ ਉਹ ਪੈਸਿਆਂ ਦੀ ਤੇ ਤਰੱਕੀ ਦੀ ਦੌੜ ਦੇ ਵਿੱਚ ਤੇ ਭਾਈ ਕੁਲਵਿੰਦਰ ਸਿੰਘ ਜੀ ਉਹਨਾਂ ਨੂੰ ਮਤਲਬ ਚੁੱਕਿਆ ਫੜਿਆ ਤੇ ਉਹਨਾਂ ਦੀ ਧਰਮ ਪਤਨੀ ਉਹਨੇ ਹਿੰਮਤ ਕੀਤੀ ਨਾਲ ਦੀ ਨਾਲ ਉਹਨਾਂ ਨੇ ਆਪਣਾ ਮੂਵੀ ਬਣਾਈ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਪਰ ਮੈਂ ਕਿਸੇ ਇੱਕ ਸਮਾਗਮ ਕਰਕੇ ਉਹ ਦੇਖ ਨਾ ਸਕਿਆ ਤੇ ਭਾਈ ਸਾਹਿਬ ਨੂੰ ਲਗਾਤਾਰ ਕੱਲ ਫੜੀ ਜਾ ਰਹੀ ਉਹਨਾਂ ਨੂੰ ਵੱਖ ਵੱਖ ਥਾਣਿਆਂ ਵਿੱਚ ਰੱਖ ਕੇ CIA ਸਟਾਫ ਦੇ ਕਿਸੇ ਦਫ਼ਤਰ ਕਿਸੇ ਥਾਣੇ 'ਚ ਸਾਰੀ ਟੀਮਾਂ ਕੋਲੋਂ ਕੱਲ ਸਵਾਲ ਕੀਤੇ ਜਾਂਦੇ ਰਹੇ ਪੁੱਛਗਿੱਛ ਕੀਤੀ ਜਾਂਦੀ ਰਹੀ ਜਲੀਲ ਕੀਤਾ ਜਾਂਦਾ ਰਿਹਾ ਕਈ ਤਾਂ ਬੇਵਕੂਫ ਪੁਲਿਸ ਅਫੀਸਰ ਬੇਲੋੜੀਆਂ ਗਾਲਾਂ ਵੀ ਉਹਨਾਂ ਨੂੰ ਕੱਢਦੇ ਰਹੇ ਮੰਦਾ ਚੰਗਾ ਬੋਲਦੇ ਹੀ ਰਹੇ ਭਾਈ ਸਾਹਿਬ ਨੂੰ ਤੇ ਸ਼ਾਮ ਨੂੰ ਤਕਰੀਬਨ ਕੋਈ 6 ਵਜੇ ਦੇ ਕਰੀਬ ਮੈਨੂੰ ਮਤਲਬ ਟੈਲੀਫੋਨ ਆਇਆ ਬੀਬੀ ਸੋਹਣਜੀਤ ਕੌਰ ਦਾ ਜੋ ਕਲਰ ਭੈਣੀ ਟਰੱਸਟ ਦੇ ਵਿੱਚ ਉਹ ਸੇਵਾ ਕਰਦੇ ਨੇ ਕਿ ਭਾਈ ਸਾਹਿਬ ਇਸ ਤਰ੍ਹਾਂ ਕਰਕੇ ਆ ਮਸਲਾ ਮੈਂ ਕਿਹਾ ਜੀ ਮੇਰੇ ਧਿਆਨ ਚ ਨੀ ਮੈਨੂੰ ਕਿਸੇ ਨੇ ਦੱਸਿਆ ਨੀ ਮੈਂ ਤੁਰੰਤ ਕੀਤਾ ਵੀ ਸੰਬੰਧਿਤ ਥਾਣੇ ਦਾ ਮੇਰੇ ਕੋਲ ਨੰਬਰ ਨੀ ਸੀ ਮੈਂ ਕਾਫੀ ਭੱਜ ਨੱਠ ਕਰਕੇ ਨੰਬਰ ਲਿਆ ਨੰਬਰ ਲੈਣ ਤੋਂ ਬਾਅਦ 2 SHO ਉਹਨਾਂ ਨਾਲ ਮੈਂ ਗੱਲ ਕੀਤੀ ਥਾਣੇ ਦੇ ਮੁਨਸ਼ੀ ਨਾਲ ਗੱਲ ਕੀਤੀ ਮੈਨੂੰ ਉਹਨਾਂ ਵੱਲੋਂ ਰਿਸਪੌਂਸ ਨਾ ਮਿਲਿਆ ਤੇ ਫਿਰ ਮੈਂ ਉਹਨਾਂ ਦੀ ਧਰਮ ਪਤਨੀ ਸੰਦੀਪ ਕੌਰ ਜਿਹੜੀ ਲਗਾਤਾਰ ਆਪਣੇ ਪਤੀ ਦੀ ਰਿਹਾਈ ਲਈ CIA ਸਟਾਫ 'ਚ ਬੈਠੀ ਰਹੀ ਭੁੱਖਣ ਭਾਣੀ ਸਵੇਰ ਤੋਂ ਲੈ ਕੇ ਤੇ ਉਹਨਾਂ ਦਾ ਬੱਚਾ ਜਿਹੜਾ 10 ਸਾਲ ਦਾ ਉਹ ਲਗਾਤਾਰ ਆਪਣੇ ਘਰ 'ਚ ਭੁੱਖਾ ਭਾਣਾ ਬੈਠਾ ਰਿਹਾ ਤੇ ਉਹ ਬੀਬੀ ਨੇ ਬੜੀ ਹਿੰਮਤ ਕੀਤੀ ਉਹਦੇ ਨਾਲ ਉਹਦਾ ਟੈਲੀਫੋਨ ਨੰਬਰ ਲਿਆ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਉਹ ਜੀ ਕੋਈ ਫੀਸਾਂ ਨਹੀਂ ਦੱਸਿਆ ਅਜੀਤ ਸਿੰਘ ਫਿਰ ਮੈਂ ਸਾਹਿਬ ਕਿਸੇ ਉਹਨਾਂ ਨਾਲ ਟੈਲੀਫੋਨ ਤੇ ਗੱਲ ਕੀਤੀ ਮੈਂ ਕਿਹਾ ਜੀ ਇਹ ਬੰਦਾ ਅਮਨ ਅਮਾਨ ਨਾਲ ਆਪਣੇ ਘਰ 'ਚ ਬੈਠਾ ਆਪਣਾ ਜੀਵਨ ਆਪਣੀ ਲਾਈਫ ਕੱਟ ਰਿਹਾ ਜੇ ਇਦਾਂ ਪਰੇਸ਼ਾਨ ਕਰੋਗੇ ਇਹ ਬੱਚੇ ਜਿਹੜੇ ਨੇ ਘਰੋਂ ਫੇਰ ਭੱਜਣਗੇ ਕਹੋਗੇ ਜੀ ਪੰਜਾਬ 'ਚ ਖਾਣ-ਖੂ ਬਾਅਦ ਪੈਦਾ ਹੋ ਗਿਆ ਤੇ ਮੈਨੂੰ ਲੱਗਦਾ ਕਿ ਇਹ ਜਾਣ ਬੁੱਝ ਕੇ ਪੁਲਿਸ ਹੀ ਲਗਾਤਾਰ ਇਸ ਪਾਸੇ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਤੋਰਨਾ ਚਾਹੁੰਦੀ ਔਰ ਤੁਹਾਡੇ ਧਿਆਨ ਵਿੱਚ ਵੀ ਹੈ ਕਿ ਪਿਛਲੇ ਜਿਸ ਦਿਨ ਦੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਆਈ ਬਹੁਤ ਸਾਰੇ ਅਮਰਧਾਰੀ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਮੁੜ ਕੇ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੇ ਮੁਕੱਦਮੇ ਬਣਾਏ ਗਏ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਜਾ ਰਿਹਾ ਲਗਾਤਾਰ ਇਸ ਕਿਸਮ ਦੀ ਹਰਾਸਮੈਂਟ ਹੁੰਦੀ ਆ ਰਹੀ ਹੈ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰ ਪਰਮਜੀਤ ਸਿੰਘ ਕਰਨਾ ਸਾਹਿਬ ਉਹਨਾਂ ਨੂੰ ਵੀ ਕਿਹਾ ਵੀ ਤੁਹਾਡੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਨੇੜਤਾ ਤੁਸੀਂ ਯਤਨ ਕਰੋ ਇਸ ਸੰਬੰਧੀ ਚਲੋ ਉਹਨਾਂ ਨੇ ਵੀ ਆਪਣੇ ਯਤਨ ਰਹਿੰਦੇ ਮੈਂ 3 ਵਾਰੀ ਗੱਲ ਸਾਹਿਬ ਨਾਲ ਗੱਲ ਕੀਤੀ
ਉਹ ਮੈਨੂੰ ਕਹਿਣ ਲੱਗੇ ਅਸੀਂ ਪੁੱਛਗਿੱਛ ਕਰਦੇ ਹਾਂ ਛੱਡਦੇ ਹਾਂ ਪੁੱਛਗਿੱਛ ਕਰਦੇ ਹਾਂ ਫਿਰ ਮੈਂ ਅਖੀਰ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਅਜਿਹੀ ਕਿਹੜੀ ਪੁੱਛਗਿੱਛ ਆ ਵੀ ਜਿਹੜੀ ਸਵੇਰ ਤੋਂ ਲੈ ਕੇ ਹੁਣ ਤੱਕ ਪੁੱਛਗਿੱਛ ਨਹੀਂ ਮੁੱਕੀ ਤੁਹਾਡੀ ਹੁਣ ਕਹਿੰਦਾ ਮੈਨੂੰ ਕਹਿਣ ਲੱਗੇ ਵੀ ਤੁਸੀਂ ਉਹਨਾਂ ਦੀ ਧਰਮ ਪਤਨੀ ਨੂੰ ਭਰੋਸਾ ਦਿਓ ਤੇ ਉਹ ਆ ਜਾਣਗੇ ਮੈਂ ਕਿਹਾ ਜੀ ਆ ਕਿਉਂ ਜਾਣ ਜੇ ਉਹਨਾਂ ਦੇ ਖਿਲਾਫ਼ ਕੋਈ ਕ੍ਰਾਈਮ ਨਹੀਂ ਹੈ ਕਿਸੇ ਕੇਸ ਚ ਇਨਵੋਲਵ ਨਹੀਂ ਹੈਗੇ ਤੇ ਫਿਰ ਤੁਸੀਂ ਉਹਦੀ ਉਹਨਾਂ ਦੀ ਵਾਈਫ ਉੱਥੇ ਬੈਠੀ ਹੈ ਤੁਸੀਂ ਰਿਲੀਜ਼ ਕਰੋ ਉਹਨਾਂ ਨੂੰ ਫਿਰ ਉਹਨਾਂ ਨੇ ਮੇਰੇ ਦਬਾਅ ਪਾਉਣ ਤੇ ਕਹਿਣ ਤੇ ਫਿਰ ਉਹਨਾਂ ਨੇ ਭਾਈ ਸਾਹਿਬ ਨੂੰ ਰਿਲੀਜ਼ ਕੀਤਾ ਤੇ ਉੱਥੋਂ ਜਦੋਂ ਤੁਰਨ ਲੱਗੇ ਉਹਨਾਂ ਨੇ ਮੈਨੂੰ ਕਿਹਾ ਵੀ ਸਾਨੂੰ ਉਹਨਾਂ ਨੇ ਛੱਡ ਦਿੱਤਾ ਤੇ ਅਸੀਂ ਆਪਣੇ ਘਰ ਨੂੰ ਚੱਲੇ ਹਾਂ ਇਸ ਕਿਸਮ ਦੀ ਘਟਨਾ ਜਿਹੜੀ ਹੈ ਇਹ ਪੰਜਾਬ ਦੀ ਧਰਤੀ ਤੇ ਹਰ ਰੋਜ਼ ਦੀ ਵਾਪਰਦੀਆਂ ਥੱਲੇ ਭਾਈ ਕੁਲਵਿੰਦਰਜੀਤ ਸਿੰਘ ਖਾਨਪੁਰ ਦੀ ਉਹ ਕਹਾਣੀ ਜੀ ਕਰਕੇ ਹਰ ਉਹ ਨੌਜਵਾਨ ਜਿਹੜਾ ਲਗਾਤਾਰ ਜੇਲ੍ਹ ਦੇ ਵਿੱਚ ਰਿਹਾ ਉਹਦੇ ਘਰ ਦੇ ਉੱਤੇ ਇਸ ਕਿਸਮ ਦੇ ਯਤਨ ਕਦੇ ਰਸ਼ੀਆ ਦੇ ਵਿੱਚ ਹੁੰਦੇ ਆਉਂਦੇ ਸੀ ਕਾਂਗਰਸਾਂ ਦੇ ਉੱਤੇ ਕਿ ਜਿਹੜਾ ਅਲਖ ਦੀ ਗੈਰਤ ਦੀ ਸਵੈਮਾਨ ਦੀ ਗੱਲ ਕਰੇਗਾ ਉਹਦੇ ਘਰਾਂ ਉੱਤੇ ਛੁਰੀਆਂ ਲਾਈਆਂ ਜਾਂਦੀਆਂ ਸੀ ਕਿ ਇਹ ਬੰਦਾ ਜਿਹੜਾ ਇਹ ਸਰਕਾਰ ਦੀ ਨਜ਼ਰ ਦੇ ਉੱਤੇ ਹੈ ਜਿਸ ਤਰ੍ਹਾਂ ਅੱਜ ਕੱਲ ਕੈਮਰੇ ਲਾ ਲਾ ਕੇ ਥਾਂ ਥਾਂ ਤੇ ਦੱਸਿਆ ਜਾ ਰਿਹਾ ਕਿ ਤੁਸੀਂ ਕੈਮਰੇ ਦੀ ਨਜ਼ਰ ਦੇ ਥੱਲੇ ਹੋ ਸਿੱਖ ਜਿਹੜਾ ਉਹ ਭਾਰਤ ਦੀਆਂ ਏਜੰਸੀਆਂ ਭਾਰਤ ਦੀ ਫੌਜ ਭਾਰਤ ਦੇ ਅਰਧ ਸੈਨਿਕ ਦਸਤੇ ਤੇ ਪੰਜਾਬ ਦੀ ਪੁਲਿਸ ਤੇ ਪੰਜਾਬ ਦੀਆਂ ਸਰਦੇਸ਼ ਦੀਆਂ ਪੰਜਾਬ ਦੀਆਂ ਸੂਬਿਆਂ ਦੀਆਂ ਸਰਕਾਰਾਂ ਦੀ ਨਜ਼ਰ ਦੇ ਥੱਲੇ ਸਿੱਖ ਜਿਹੜਾ ਕੈਮਰਿਆਂ ਵਾਂਗੂ ਹੀ ਹੈ ਕਿ ਸਿੱਖਾਂ ਨੂੰ ਬੇਗਾਨੇ ਬਾ ਸਮਝ ਕੇ ਹੀ ਮਤਲਬ ਉਹਨਾਂ ਨਾਲ ਟ੍ਰੀਟ ਕੀਤਾ ਜਾ ਰਿਹਾ ਹਰ ਰੋਜ਼ ਪੰਜਾਬ ਦੇਸ਼ ਦੇ ਅੰਦਰ ਘਟਨਾਵਾਂ ਵਾਪਰ ਰਹੀਆਂ ਕਿਤੇ ਸਿਗਲੀਦਾਰ ਸਿੱਖ ਉਜਾੜੇ ਜਾ ਰਹੇ ਨੇ ਕਿਤੇ ਕੱਲ ਇਲਾਹਾਬਾਦ ਦੇ ਵਿੱਚ ਇੱਕ ਸਿੱਖ ਨੂੰ 15-20 ਬੰਦੇ ਲਗਾਤਾਰ ਕੁੱਟ ਰਹੇ ਨੇ ਉਹਦੇ ਪਰਿਵਾਰ ਦੀ ਵੀਡੀਓ ਅੱਜ ਵਾਇਰਲ ਹੋ ਗਈ ਇਸ ਕਿਸਮ ਦੀਆਂ ਘਟਨਾਵਾਂ ਹਰ ਰੋਜ਼ ਵਾਪਰ ਰਹੀਆਂ ਨੇ ਇਹਨਾਂ ਦਾ ਹੱਲ ਜਿਹੜਾ ਕੇਵਲ ਤੇ ਕੇਵਲ ਖਾਲਸਾ ਪੰਥ ਦੀ ਸਿੱਖਾ ਖਾਲਸਾ ਪੰਥ ਦਾ ਮਤਲਬ ਜਿਹੜੇ ਉਹਨਾਂ ਦੀਆਂ ਮਹਾਨ ਪਰੰਪਰਾਵਾਂ ਨੇ ਸਾਹਿਬਾਨ ਜਿਹੜੇ ਖਾਲਸਾ ਪੰਥ ਦੀ ਸਰਵ ਉੱਚ ਅਦਾਲਤ ਹੈ ਜਥੇਦਾਰ ਅਕਾਲ ਤਖਤ ਸਾਹਿਬ ਉਹਨਾਂ ਨੂੰ ਪਰਿਵਾਰ ਤੋਂ ਇੱਕ ਪਾਰਟੀ ਦੇ ਪੰਜੇ ਤੋਂ ਆਜ਼ਾਦ ਕਰਾ ਕੇ ਪੂਰੇ ਪੰਥ ਦੇ ਸਿੰਘ ਸਾਹਿਬਾਨ ਬਣਾਉਣਾ ਪੂਰੇ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਵਾਉਣ ਪਾਸੇ ਨੂੰ ਤੋਰਨਾ ਪੰਥਕ ਸੰਸਥਾਵਾਂ ਪੰਥ ਦੀਆਂ ਰਹਿਣ ਇਹ ਪਰਿਵਾਰਾਂ ਦੀਆਂ ਨਾ ਬਣਨ ਤੇ ਕੁਝ ਲੋਕਾਂ ਦੇ ਪਰਿਵਾਰ ਦਾ ਸਾਧਨ ਨਾ ਬਣਨ ਰੋਜੀ ਰੋਟੀ ਦਾ ਸਾਧਨ ਨਾ ਬਣਨ ਪੰਥਕ ਸ਼ਕਤੀ ਮਜ਼ਬੂਤ ਹੋਵੇ ਐਸੇ ਯਤਨ ਪੰਥ ਨੂੰ ਕਰਨੇ ਚਾਹੀਦੇ ਨੇ ਸੋ ਭਾਈ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਇਸ ਮਾਮਲੇ ਦੇ ਝਾਤ ਪਾਈ ਤੇ ਜਾਂਦੇ ਜਾਂਦੇ ਇਸ ਮਸਲੇ 'ਚ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਮੈਂ ਇਹ ਸਮਝਦਾ ਕਿ ਇੱਕ ਤਾਂ ਮੈਨੂੰ ਦੁੱਖ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਸ ਕਰਕੇ ਜਥੇਦਾਰ ਗੁਰਚਰਨ ਸਿੰਘ ਕੌੜਾ ਸਾਹਿਬ ਤੋਂ ਬਾਅਦ ਕਿਸੇ ਵੀ ਪ੍ਰਧਾਨ ਦਾ ਇਸ ਕਿਸਮ ਦਾ ਕੱਦ ਨਹੀਂ ਰਿਹਾ ਕਿ ਜਿਹੜਾ ਕਿਸੇ ਵੱਡੇ ਤੋਂ ਵੱਡੇ ਪੁਲਿਸ ਅਫਸਰ ਨੂੰ ਇਹ ਕਹਿ ਸਕੇ ਕਿ ਤੁਸੀਂ ਕਿਸ ਦੋਸ਼ ਵਿੱਚ ਇਹ ਨੌਜਵਾਨ ਪਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਸਟੂਡੈਂਟ ਫੈਡਰੇਸ਼ਨ ਆ ਹੋਰ ਪੰਥਕ ਧਿਰਾਂ ਜਿਹੜੀਆਂ ਨੇ ਉਹਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਸਾਡਾ ਕੋਈ ਬੱਚਾ ਕਿਤੇ ਵੀ ਫੜਿਆ ਜਾਂਦਾ ਸਾਡੀ ਸ਼ਕਤੀ ਇੰਨੀ ਮਜ਼ਬੂਤ ਹੋਣੀ ਚਾਹੀਦੀ ਹੈ ਇੰਨੇ ਅਸੀਂ ਮਜ਼ਬੂਤ ਹੋਣੇ ਚਾਹੀਦੇ ਹਾਂ ਕਿ ਅਸੀਂ ਤੁਰੰਤ ਉਸ ਥਾਣੇ ਨੂੰ ਘੇਰੀਏ ਤੇ ਉਹਨਾਂ ਨੂੰ ਛਡਾਉਣ ਦਾ ਯਤਨ ਕਰੀਏ ਸਮੁੱਚੇ ਖਾਲਸਾ ਪੰਥ ਨੂੰ ਸਿਧਾਂਤਾਂ ਦੀ ਪਹਿਰੇਦਾਰੀ ਕਰਦੇ ਹਾਂ ਸਾਡੀਆਂ ਪੰਥਕ ਸੰਸਥਾਵਾਂ ਜਿਹੜੀਆਂ ਨੇ ਉਹ ਬੰਦਿਆਂ ਤੋਂ ਆਜ਼ਾਦ ਕਰਾ ਕੇ ਉਹਨਾਂ ਸੰਸਥਾਵਾਂ ਬਣਾਉਣੀਆਂ ਚਾਹੀਦੀਆਂ ਨੇ ਜੀ ਸੋ ਭਾਈ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਇਸ ਮਸਲੇ ਤੇ ਗੱਲਬਾਤ ਕਰਨ ਲਈ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਭਾਈ ਕਰਨੈਲ ਸਿੰਘ ਪੰਜੌਲੀ ਜੀ ਜਿਹਨਾਂ ਨਾਲ